ਸਤਿ ਸ੍ਰੀ ਅਕਾਲ ਜੀ ਗੱਲ ਦੀ ਸਾਰਿਆਂ ਨੂੰ ਤੇ ਚੈਨਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਅੱਜ 7 ਮਈ ਸਵੇਰ ਦੇ ਸਮੇਂ ਦੀਆਂ ਕੁਝ ਖਾਸ ਮੁੱਖ ਵੱਡੀਆਂ ਖਬਰਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਗਏ ਆ ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਸੂਬੇ ਸਬੰਧੀ ਜਿਹੜੇ ਕੈਪਟਨ ਰਮਿੰਦਰ ਸਿੰਘ ਵੱਲੋਂ ਕੀ ਤਾਜ਼ਾ ਬਿਆਨ ਜਾਰੀ ਹੋਏ ਨੇ ਤੇ ਕਰਫਿਊ ਸਬੰਧੀ ਉਹਨਾਂ ਨੇ ਕੀ ਐਲਾਨ ਕੀਤਾ ਵੀ ਆਉਣ ਵਾਲੇ ਸਮੇਂ ਵਿੱਚ ਕਰਫਿਊ ਕਿੰਨਾ ਵਧਾਇਆ ਜਾਵੇਗਾ ਜਾਂ ਨਹੀਂ ਤੇ ਉਸ ਤੋਂ ਇਲਾਵਾ ਉਹ ਦੁਕਾਨਾਂ ਤੇ ਬੈਂਕਾਂ ਦੇ ਸਬੰਧੀ ਜਿਹੜੀਆਂ ਨਾ ਖੋਲਣ ਦੇ ਨਵੇਂ ਜਿਹੜੇ ਸਮੇਂ ਨੇ ਉਹ ਜਾਰੀ ਹੋ ਚੁੱਕੇ ਨੇ ਤੇ ਸਕੂਲਾ ਸਬੰਧੀ ਕੀ ਖਬਰ ਆਈ ਹੈ ਤੇ ਸਰਕਾਰੀ ਮੁਲਾਜ਼ਮਾਂ ਦੇ ਕਰਮਚਾਰੀਆਂ ਲਈ ਸਬੰਧੀ ਕੀ ਐਲਾਨ ਹੋਏ ਨੇ ਜਿਹੜੀਆਂ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਵੀਡੀਓ ਵਿੱਚ ਸੋ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਓ ਤਾਂ ਜੋ ਤੁਹਾਨੂੰ ਹਰ ਪ੍ਰਕਾਰ ਦੀ ਜਾਣਕਾਰੀ ਜਿਹੜੀ ਸਹੀ ਢੰਗ ਨਾਲ ਮਿਲ ਸਕੇ ਸੋ ਹੁਣ ਸ਼ੁਰੂਆਤ ਕਰਦੇ ਆਂ ਅੱਜ ਦੀ ਪਹਿਲੀ ਖਬਰ ਦੀ ਸੀਐਮ ਕੈਪਟਨ ਮਨੀਂਦਰ ਸਿੰਘ ਨੇ ਦੱਸਿਆ ਕਿ ਨੰਦੇੜ ਸਾਹਿਬ ਤੋਂ ਪਰਤੇਸ਼ਰ ਧਾਲੂਆਂ ਵਿੱਚ ਕਰੋਨਾ ਵਾਇਰਸ ਕਿੱਥੋਂ ਆਇਆ ਤੇ ਕੌਣ ਜ਼ਿੰਮੇਵਾਰ ਹੈ ਇੱਥੇ ਸੀਐਮ ਕੈਪਟਨ ਨੇ ਦੱਸਿਆ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸ਼ਰਧਾਲੂਆਂ ਦੀ ਚਾਰ ਵਾਰ ਸਕਰੀਨਿੰਗ ਹੋਈ ਹੈ ਪਰ ਸ਼ਰਧਾਲੂਆਂ ਨੇ ਖੁਦ ਦੱਸਿਆ ਹੈ ਕਿ ਉਹਨਾਂ ਦਾ ਸਿਰਫ ਤਾਪਮਾਨ ਚੈੱਕ ਕੀਤਾ ਗਿਆ ਹੈ ਪਰ ਕਿਸੇ ਵੀ ਤਰ੍ਹਾਂ ਦਾ ਕੋਈ ਕਰੋਨਾ ਟੈਸਟ ਨਹੀਂ ਕੀਤਾ ਗਿਆ ਤੇ ਇੱਥੇ ਮੁੱਖ ਮੰਤਰੀ ਨੇ ਇਹ ਵੀ ਗੱਲ ਕਲੀਅਰ ਕੀਤੀ ਹੈ ਕਿ ਜਿਹੜੇ ਐਲਾਨ ਜਿਹੜੇ આરોਪ ਲੱਗ ਰਹੇ ਨੇ ਵੀ ਬੱਸਾਂ ਦੇ ਡਰਾਈਵਰਾਂ ਦੁਆਰਾ ਜਿਹੜਾ ਫੈਲਿਆ ਹੈ ਤਾਂ ਉਹਨਾਂ ਨੇ ਕਿਹਾ ਕਿ ਅਜਿਹਾ ਬਿਲਕੁਲ ਨਹੀਂ ਹੋਇਆ ਕਿਉਂਕਿ ਜਿਹੜੇ ਪੰਜਾਬ ਤੋਂ ਡਰਾਈਵਰ ਗਏ ਸਨ ਉਹ ਪੂਰੀ ਤਰ੍ਹਾਂ ਤੰਦਰੁਸਤ ਸਨ ਤੇ ਕਿਸੇ ਨੂੰ ਲਾਗ ਲੱਗਣ ਵਿੱਚ ਜਿਹੜੇ 5 ਤੋਂ 7 ਦਿਨਾਂ ਦੇ ਜਿਹੜੇ ਲੱਛਣ ਸਾਹਮਣੇ ਆਉਂਦੇ ਹਨ ਤਾਂ ਜਿਹੜੀਆਂ ਬੱਸਾਂ ਨੇ ਲਗਭਗ 3 ਤੋਂ 4 ਦਿਨਾਂ ਦੇ ਵਿੱਚ ਹੀ ਵਾਪਸ ਆ ਗਈਆਂ ਸਨ ਇਸ ਤੋਂ ਬਾਅਦ ਜੇਕਰ ਹੁਣ ਪੰਜਾਬ ਦੀ ਤਾਜ਼ਾ ਕਰੋਨਾ ਵਾਇਰਸ ਦੀ ਸਿੱਧੀ ਤੇ ਨਿਗਾ ਮਾਰੀ ਤਾਂ ਹੁਣ ਤੱਕ ਟੋਟਲ 1526 ਤੋਂ ਜਿਹੜਾ ਅੰਕੜਾ ਪਾਰ ਹੋ ਚੁੱਕਿਆ ਹੈ ਮਰੀਜ਼ਾਂ ਦਾ 77 ਨਵੇਂ ਮਾਮਲੇ ਨੇ ਜਿਹੜੇ ਅੱਜ ਆ ਸਾਹਮਣੇ ਆਏ ਸਨ ਤੇ 18 ਜ਼ਿਲ੍ਹਿਆਂ ਵਿੱਚ ਜਿਹੜੇ ਇਹਨਾਂ ਹੁਣ ਅੱਜ ਦੇ ਤਾਜ਼ਾ ਕੇਸ ਨੇ ਜਿਹੜੇ ਸਾਹਮਣੇ ਆਏ ਸੀ ਤੇ ਹੁਣ ਤੱਕ 27 ਲੋਕਾਂ ਦੀ ਜਿਹੜੀ ਮੌਤ ਹੋ ਇਸ ਵਾਇਰਸ ਦੇ ਕਾਰਨ ਹੋ ਚੁੱਕੀ ਹੈ ਇਸ ਹੁਣ ਤੱਕ ਜਿਹੜੇ ਜਿਹੜੇ ਮਰੀਜ਼ ਇਲਾਜ ਦੇ ਅਧੀਨ ਚੱਲ ਰਹੇ ਹਨ ਉਹਨਾਂ ਦੀ ਗਿਣਤੀ ਜਿਹੜੀ 1364 ਹੈ ਤੇ 135 ਮਰੀਜ਼ ਨੇੜੇ ਤੰਦਰੁਸਤ ਹੋ ਚੁੱਕੇ ਹਨ ਤੇ ਸੂਬੇ ਵਿੱਚ ਜਿਹੜੇ ਸ਼ੱਕੀ ਮਰੀਜ਼ ਨੇ ਉਹਨਾਂ ਦੀ ਗਿਣਤੀ 32060 ਹੈ ਤੇ ਜਿਨ੍ਹਾਂ ਦੇ ਜਮੂਨੇ ਨੇ ਜਿਹੜੇ ਟੈਸਟ ਆ ਉਹ ਜਾਂਚ ਲਈ ਭੇਜੇ ਗਏ ਹਨ ਜਿਨ੍ਹਾਂ ਵਿੱਚੋਂ 24303 ਦੀ ਜਿਹੜੀ ਰਿਪੋਰਟ ਆ ਨੈਗੇਟਿਵ ਰੂਪ ਵਿੱਚ ਸਾਹਮਣੇ ਆ ਚੁੱਕੀ ਹੈ ਤੇ 6231 ਮਰੀਜ਼ਾਂ ਦੀ ਰਿਪੋਰਟ ਆ ਜਿਹੜੀ ਉਹ ਹਲੇ ਆਉਣੀ ਬਾਕੀ ਹੈ ਉਸ ਤੋਂ ਬਾਅਦ ਅਗਲੀ ਖਬਰ ਹੈ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਦੁਕਾਨਾਂ ਖੋਲਣ ਅਤੇ ਬੈਂਕਾਂ ਦੇ ਸੰਬੰਧੀ ਜਿਹੜਾ ਨਵਾਂ ਐਡਵਾਈਜ਼ਰੀ ਜਾਰੀ ਕੀਤੀ ਹੈ ਤੇ ਉਹਨਾਂ ਨੇ ਜਿਹੜਾ ਸਮਾਂ ਬਦਲ ਦਿੱਤਾ ਹੈ ਤੇ ਜਿਹੜਾ ਹੁਣ ਦੁਕਾਨਾਂ ਖੁੱਲਣ ਦਾ ਸਮਾਂ ਹੈ ਉਹ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਖੁੱਲੇਗਾ ਇੱਥੇ ਜ਼ਿਕਰਯੋਗ ਹੈ ਕਿ ਪਹਿਲਾਂ ਜਿਹੜਾ ਸਮਾਂ ਸੀਗਾ ਉਹ 11 ਵਜੇ ਤੋਂ ਲੈ ਕੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਕਰ ਦਿੱਤਾ ਗਿਆ ਸੀ ਤੇ ਹੁਣ ਬੈਂਕਾਂ ਦੀ ਗੱਲ ਕਰੀ ਤਾਂ ਬੈਂਕਾਂ ਵਿੱਚ ਜਿਹੜਾ ਜਨਤਕ ਲੈਣ ਦੇਣ ਦਾ ਸਮਾਂ ਹੋਵੇਗਾ ਉਹ 9 ਵਜੇ ਤੋਂ ਲੈ ਕੇ ਸਵੇਰ ਤੋਂ ਦੁਪਹਿਰ ਦੇ 1 ਵਜੇ ਤੱਕ ਜਾਰੀ ਰਹੇਗਾ ਸੋ ਅਗਲੀ ਖਬਰ ਹੈ ਡੀਜ਼ਲ ਅਤੇ ਪੈਟਰੋਲ ਦੇ ਸਬੰਧ ਦੇ ਕਿ ਜਿਵੇਂ ਪੰਜਾਬ ਵਿੱਚ ਵੀ ਜਿਹੜਾ ਡੀਜ਼ਲ ਪੈਟਰੋਲ ਉਹ 2-2 ਰੁਪਏ ਦਾ ਕਿਹੜਾ ਵਾਧਾ ਹੋ ਚੁੱਕਿਆ ਤੇ ਇਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਪੈਟਰੋਲ ਡੀਜ਼ਲ ਵਿੱਚ ਜਿਹੜਾ ਜਿਹੜਾ ਵੈਲਿਊ ਐਡਿਟ ਤੇਰਾ ਟੈਕਸ ਉਹਨੂੰ ਵਧਾ ਦਿੱਤਾ ਗਿਆ ਜਾਨੀ ਕਿ ਬੈਟ ਨੂੰ ਤੇ ਉਸ ਤੋਂ ਬਾਅਦ 5% ਦੀ ਵਧਾਉਣ ਤੋਂ ਬਾਅਦ ਜਿਹੜੀਆਂ ਨਵੀਆਂ ਕੀਮਤਾਂ ਨੇ ਉਹ ਹੁਣ ਜਿਹੜੀਆਂ ਪੈਟਰੋਲ ਦੀ 68.72 ਰੁਪਏ ਤੇ ਜਿਹੜਾ ਡੀਜ਼ਲ ਆ ਉਹ 62.02 ਰੁਪਏ ਜਿਹੜਾ ਹੁਣ ਹੋ ਚੁੱਕਿਆ ਹੈ ਤੇ ਇੱਥੇ ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਪੈਟਰੋਲ ਉੱਪਰ ਐਕਸਾਈਜ਼ ਡਿਊਟੀ ਹੈ ਜਿਹੜੀ 10 ਰੁਪਏ ਵਧਾ ਦਿੱਤੀ ਗਿਆ ਹੈ ਤੇ ਇਸ ਦੇ ਨਾਲ ਹੀ ਅਗਲੀ ਖਬਰ ਹੈ ਕਿ ਕਰੋਨਾ ਮਹਾਮਾਰੀ ਦੌਰਾਨ ਸੰਸਾਰ ਪੱਧਰ ਤੇ ਤੇਲ ਦੀਆਂ ਕੀਮਤਾਂ ਜਿੱਥੇ ਭਾਰੀ ਗਰਾਫਟ ਹੈ ਪਰ ਦੁਖਦਾਈ ਖਬਰ ਹੈ ਕਿ ਪੰਜਾਬ ਸਰਕਾਰ ਨੇ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ 2-2 ਰੁਪਏ ਦਾ ਮਹਿੰਗਾ ਕਰ ਦਿੱਤਾ ਹੈ ਤੇ ਇਸ ਤੋਂ ਬਾਅਦ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਜਥੇਬੰਦੀਆਂ ਉਹ ਧਰਨੇ ਉੱਤੇ ਉਤਰ ਆਈਆਂ ਹਨ ਤਾਂ ਉਹਨਾਂ ਨੇ ਕਿਹਾ ਕਿ ਜਿੱਥੇ ਬੇਮੌਸਮੀ ਬਰਸਾਤਾਂ ਤੇ ਇਸ ਕਰੋਨਾ ਸੰਕਟ ਦੇ ਕਾਰਨ ਪਹਿਲਾਂ ਹੀ ਖੇਤੀਬਾੜੀ ਡੁੱਬਣ ਦੇ ਕਿਨਾਰੇ ਆ ਚੁੱਕੀ ਹੈ ਤੇ ਉਸ ਤੋਂ ਬਾਅਦ ਹੁਣ ਸਰਕਾਰਾਂ ਦੁਆਰਾ ਜਿਹੜਾ ਤੇਲ ਵਿੱਚ ਭਾਰੀ ਵਾਧਾ ਹੋਣ ਦੇ ਨਾਲ ਜਿਹੜੀਆਂ ਕਿਸਾਨਾਂ ਦੇ ਜ਼ਖਮਾਂ ਉੱਪਰ ਲੂਣ ਸੜਕਣ ਦਾ ਕ ਹੁੰਦਾ ਰਿਹਾ ਤਾਂ ਜਿਹੜੇ ਵਧੇ ਹੋਏ ਰੇਟ ਨੇ ਵਾਪਸ ਨਾ ਲਏ ਗਏ ਤਾਂ ਪੂਰੇ ਸੂਬੇ ਵਿੱਚ ਜਿਹੜਾ ਕਿਸਾਨਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਤੇ ਇਸ ਦੇ ਨਾਲ ਅਗਲੀ ਖਬਰ ਹੈ ਕਿ ਪੰਜਾਬ ਵਿੱਚ ਹੁਣ 8 ਮਈ ਤੋਂ ਸ਼ੁਰੂ ਹੋਣਗੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ ਪੰਜਾਬ ਪਰ ਕਰੋਨਾ ਵਾਇਰਸ ਦੇ ਖਤਰੇ ਦੇਖਦੇ ਕਰਫਿਊ ਲਗਾਇਆ ਗਿਆ ਜਿਸ ਕਰਕੇ ਸਾਰੀਆਂ ਇਹ ਜਿਹੜੇ ਕੰਮਕਾਰ ਠੁਕੇ ਹੋਏ ਸਨ ਤਾਂ ਇਸ ਤੋਂ ਬਾਅਦ ਜ਼ਮੀਨਾਂ ਦੀਆਂ ਰਜਿਸਟਰੀਆਂ ਨਾਲ ਜੁੜੇ ਹੋਏ ਕੰਮਕਾਰ ਵੀ ਬੰਦ ਹੋ ਚੁੱਕੇ ਸਨ ਤਾਂ ਜਿਸ ਤੋਂ ਬਾਅਦ ਅੱਜ ਪੰਜਾਬ ਸਰਕਾਰ ਵੱਲੋਂ ਰਜਿਸਟ੍ਰੇਸ਼ਨ ਦੇ ਕੰਮ ਮੁੜ ਤੋਂ ਸ਼ੁਰੂ ਕਰਨ ਲਈ ਫੈਸਲਾ ਲਿਆ ਗਿਆ ਹੈ ਤੇ ਹੁਣ 8 ਮਈ ਤੋਂ ਜਿਹੜੀਆਂ ਸਾਰੀਆਂ ਜ਼ਮੀਨਾਂ ਦੀ ਰਜਿਸਟਰੀ ਸੰਬੰਧੀ ਜਿਹੜੇ ਕੰਮਕਾਰ ਨੇ ਉਹ ਫਿਰ ਤੋਂ ਸ਼ੁਰੂ ਹੋ ਜਾਣਗੇ ਤੁਹਾਡੀ ਅਗਲੀ ਵੱਡੀ ਖਬਰ ਆ ਰਹੀ ਹੈ ਕਿ ਕੈਪਟਨ ਅਮਿੰਦਰ ਸਿੰਘ ਵੱਲੋਂ ਜਿਹੜਾ ਤਾਜ਼ਾ ਪ੍ਰੈਸ ਕਾਨਫਰੰਸ ਵਿੱਚ ਜਿਹੜਾ ਇੱਕ ਤਾਜ਼ਾ ਬਿਆਨ ਜਾਰੀ ਕੀਤਾ ਗਿਆ ਤਾਂ ਉਹਨਾਂ ਨੇ ਕਰਫਿਊ ਦੇ ਸਬੰਧੀ ਜਿਹੜੇ ਐਲਾਨ ਕਰਦੇ ਹੋਏ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਪੰਜਾਬ ਦਾ ਕਰਫਿਊ ਆ ਉਹ ਵਧਾਇਆ ਵੀ ਜਾ ਸਕਦਾ ਹੈ ਜੇਕਰ ਪੰਜਾਬ ਦੇ ਜਿਹੜੇ ਸਥਿਤੀ ਹੈ ਕੋਰੋਨਾ ਵਾਇਰਸ ਦੀ ਜੇਕਰ ਹਾਲਾਤ ਕਾਬੂ ਤੋਂ ਬਾਹਰ ਰਹਿੰਦੇ ਹਨ ਤਾਂ ਪੰਜਾਬ ਵਿੱਚ ਜਿਹੜਾ ਕਰਫਿਊ ਆਉਣ ਵਾਲੇ ਸਮੇਂ ਤੱਕ ਵਧਾਇਆ ਵੀ ਜਾ ਸਕਦਾ ਹੈ ਤੇ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਜੇਕਰ ਪੰਜਾਬ ਦੇ ਹਾਲਾਤ ਸਹੀ ਹੋ ਜਾਂਦੇ ਹਨ ਤਾਂ ਜਿਹੜਾ ਕਰਫਿਊ ਹੈ ਇਹਨੂੰ ਖਤਮ ਕਰ ਦਿੱਤਾ ਜਾਵੇਗਾ ਤੇ ਕਾਫੀ ਵੱਡੇ ਪੱਧਰ ਪਰ ਸੋ ਇਸ ਦੇ ਨਾਲ ਹੀ ਅਗਲੀ ਖਬਰ ਤੇਲੰਗਾਨਾ ਤੋਂ ਆ ਰਹੀ ਹੈ ਕਿ ਤੇਲੰਗਾਨਾ ਸੂਬੇ ਦੇ ਮੁੱਖ ਮੰਤਰੀ ਚੰਦਰ ਸ਼ੇਖਰ ਰਾਓ ਨੇੜਾ ਸੂਬੇ ਦੀ ਲੋਕਡਾਊਨ ਦੀ ਮਿਆਦ ਉਹ 29 ਮਈ ਤੱਕ ਵਧਾਉਣ ਦਾ ਐਲਾਨ ਕਰ ਦਿੱਤਾ ਹੈ ਤੇ ਇੱਥੇ ਜ਼ਿਕਰ ਜੋਗ ਹੈ ਕਿ ਜਿਹੜਾ ਦੇਸ਼ ਦਾ ਕੌਮੀ ਲੋਕਡਾਊਨ 17 ਮਈ ਨੂੰ ਖਤਮ ਹੋ ਰਿਹਾ ਹੈ ਪਰ ਜਿਹੜੀ ਤੇਲੰਗਾਨਾ ਸਰਕਾਰ ਆ ਉਸ ਨੇੜਾ ਲੋਕਡਾਊਨ 29 ਮਈ ਤੱਕ ਵਧਾ ਦਿੱਤਾ ਗਿਆ ਇੱਥੇ ਜ਼ਿਕਰ ਜੋਗ ਹੈ ਕਿ ਜਿਹੜਾ ਪਿਛਲੀ ਵਾਰ ਲੋਕਡਾਊਨ ਵਧੇ ਸੰਤਾ ਉਸ ਦੇ ਵਿੱਚ ਵੀ ਤੇਲੰਗਾਨਾ ਸਰਕਾਰ ਵੱਲੋਂ ਹੀ ਸਭ ਤੋਂ ਪਹਿਲਾਂ ਜਿਹੜਾ ਲੋਕਡਾਊਨ ਵਿੱਚ ਵਾਧਾ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਛੱਤੀਸਗੜ੍ਹ ਅਤੇ ਫਿਰ ਪ ਤੋੜਤਾ ਲੰਕਨਾ ਸਰਕਾਰ ਨੇ ਜਿਹੜਾ ਲੋਕਡਾਊਨ ਆ 29 ਮਈ ਤੱਕ ਵਧਾ ਦਿੱਤਾ ਗਿਆ ਹੈ ਸੋ ਅਗਲੀ ਖਬਰ ਹੈ ਕਿ ਪੰਜਾਬ ਦੇ ਡਿੱਪੂ ਹੋਲਡਰਾਂ ਵੱਲੋਂ ਜਾਨ ਉੱਤੇ ਮੰਡਰਾਉ ਦੇ ਖਤਰੇ ਨੂੰ ਦੇਖਦਿਆਂ ਹੋਇਆਂ ਅਣਮਿੱਥੇ ਸਮੇਂ ਲਈ ਜਿਹੜੀ ਹੜਤਾਲ ਉਹ ਸ਼ੁਰੂ ਕਰ ਦਿੱਤੀ ਗਈ ਹੈ ਕੋਵਿਡ ਰਾਹਤ ਦੇ ਉਪਰਾਲਿਆਂ ਦੇ ਤਹਿਤ ਪੰਜਾਬ ਦੇ 35 ਲੱਖ ਜਿਹੜੇ ਨੀਲਾ ਕਾਰਡ ਧਾਰਕਾਂ ਨੂੰ ਕੇਂਦਰੀ ਰਾਹਤ ਵੰਡਦੇ ਹੋયા ਜਿਹੜੇ ਲਗਾਤਾਰ ਵੱਧ ਰਹੇ ਹਮਲਿਆਂ ਦੇ ਖਿਲਾਫ ਪੰਜਾਬ ਦੇ ਡਿਪੂ ਹੋਲਡਰਾਂ ਨੇ ਅੱਜ ਜਨਮ ਇਥੇ ਸਮੇਲੀ ਹੜਤਾਲ ਉੱਤੇ ਚਲੇ ਗਏ ਹਨ ਤੇ ਉਹਨਾਂ ਦੇ ਨਾਲ ਹੀ ਸਰਕਾਰ ਕੋਲੋਂ ਸਾਰੇ ਡਿਪੂ ਹੋਲਡਰਾਂ ਲਈ ਜਿਹੜਾ 50 ਲੱਖ ਰੁਪਏ ਦੀ ਬੀਮਾ ਅਤੇ ਲੋੜਿੰਦੀ ਜਿਹੜੀ ਸੁਰੱਖਿਆ ਪ੍ਰਬੰਧ ਕਰਨ ਦੀ ਜਿਹੜੀ ਮੰਗ ਕੀਤੀ ਹੈ। ਸੋ ਅਗਲੀ ਖਬਰ ਹੈ ਕਿ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ ਜੀਪੀਐਫ ਦੀਆਂ ਵਿਆਜ ਦਰਾਂ ਵਿੱਚ ਕਟੌਤੀ। ਕਿ ਜੀਪੀਐਫ ਦੀਆਂ ਵਿਆਜ ਦਰਾਂ ਵਿੱਚ ਕਟੌਤੀ ਕਰਨ ਦੇ ਨਾਲ ਜਿਹੜੀਆਂ ਸਰਕਾਰੀ ਮੁਲਾਜ਼ਮਾਂ ਨੂੰ ਹੁਣ ਜਿਹੜਾ ਆਉਣ ਵਾਲੇ ਸਮੇਂ ਵਿੱਚ ਜਿਹੜਾ ਜਿਹੜਾ ਉਹਨਾਂ ਦਾ ਆਰਥਿਕ ਪੱਧਰ ਉੱਪਰ ਉਹਨਾਂ ਨੂੰ ਜਿਹੜਾ ਕਾਫੀ ਨੁਕਸਾਨ ਹੋਣ ਦਾ ਜਿਹੜਾ ਖਤਰਾ ਜਤਾਇਆ ਜਾ ਰਿਹਾ ਹੈ ਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਫੰਡ ਤੇ ਸਕੀਮਾਂ ਜਿਹੜੀਆਂ ਉਹਨਾਂ ਲਈ ਚਲਾਈਆਂ ਜਾਂਦੀਆਂ ਤਾਂ ਉਹਨਾਂ ਵਿੱਚ ਵੀ ਜਿਹੜੀ ਗਿਰਾਵਟ ਆਉਣ ਵਾਲੇ ਸਮੇਂ ਵਿੱਚ ਦੇਖਣ ਨੂੰ ਮਿਲੇਗੀ ਤੇ ਜੋ ਨਵੀਆਂ ਦਰਾਂ ਲਾਗੂ ਕੀਤੀਆਂ ਗਈਆਂ ਹਨ ਇਹ 1 April 2020 ਤੋਂ ਲਾਗੂ ਹੋਈਆਂ ਮੰਨੀਆਂ ਜਾਣਗੀਆਂ ਤੇ ਉਸ ਤੋਂ ਬਾਅਦ ਅਗਲੀ ਖਬਰ ਹੈ ਕਿ ਮੁੱਖ ਮੰਤਰੀ ਬੀਐਸ ਜੇਦੀ ਜਰੂਪਾ ਦੀ ਜਿਹੜੀ ਅਗਵਾਈ ਵਾਲੀ ਕਰਨਾਟਕ ਸਰਕਾਰ ਨੇ ਬੁੱਧਵਾਰ ਨੂੰ ਜਿਹੜਾ ਸੂਬੇ ਵਿੱਚ ਲਗਭਗ 1610 ਕਰੋੜ ਰੁਪਏ ਦਾ ਰਾਹਤ ਪੈਕੇਜ ਦਾ ਐਲਾਨ ਕਰ ਦਿੱਤਾ ਹੈ ਤੇ ਸਰਕਾਰ ਨੇ ਉਹਨਾਂ ਲੋਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ ਜਿਨ੍ਹਾਂ ਦੀ ਲੋਕਡਾਊਨ ਕਰ ਨੌਕਰੀ ਜਾਂਦੀ ਰਹੀ ਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਸ਼ਰਾਬ ਦੀ ਐਕਸਾਈਜ਼ ਡਿਊਟੀ ਵਿੱਚ ਜਿਹੜਾ 11% ਦਾ ਵਾਧਾ ਦਾ ਐਲਾਨ ਕਰ ਦਿੱਤਾ ਹੈ ਤੇ ਉਹਨਾਂ ਨੇ ਇਹ ਵੀ ਜਾਰੀ ਕੀਤਾ ਹੈ ਕਿ ਕਿਸਾਨਾਂ ਦੇ ਲਗਭਗ 11687 ਹੈਕਟੇਰ ਤੱਕ ਵਿੱਚ ਜਿਹੜੀ ਫੁੱਲਾਂ ਦੀ ਕਾਸ਼ਤ ਕੀਤੀ ਗਈ ਸੀ ਤਾਂ ਉਹਦੀ ਮੰਗ ਘਟਣ ਕਾਰਨ ਫੁੱਲਾਂ ਦੀ ਜਿਹੜੀ ਕਾਸ਼ਤ ਹੈ ਜਿਹੜੀ ਉਹਨਾਂ ਦੀ ਫਸਲ ਉਹ ਨਸ਼ਟ ਕਰਨੀ ਪਈ ਤਾਂ ਜਿਸ ਕਾਰਨ ਕਿਸਾਨਾਂ ਨੂੰ 25000 ਰੁਪਏ ਪ੍ਰਤੀ ਹੈਕਟੇਰ ਦਾ ਜਿਹੜਾ ਮੁਆਵਜ਼ਾ ਦਿੱਤਾ ਜਾਵੇਗਾ ਤੇ ਇਸ ਤੋਂ ਇਲਾਵਾ ਉਹਨਾਂ ਨੇ 60000 ਧੋਬੀਆਂ ਤੇ 230000 ਜਿਹੜਾ ਨਾਈ ਦਾ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਨਾਈਆਂ ਨੂੰ 55000 ਰੁਪਏ ਜਿਹੜਾ ਦੇਣ ਦਾ ਵੀ ਐਲਾਨ ਕੀਤਾ ਹੈ ਤੇ ਉਸ ਤੋਂ ਬਾਅਦ ਅਗਲੀ ਖਬਰ ਹੈ ਕਿ ਬਾਹਰ ਤੋਂ ਆਉਣ ਵਾਲਿਆਂ ਉੱਪਰ ਨਿਗਰਾਨੀ ਲਈ ਜ਼ਿਲ੍ਹਾ ਪੁਲਿਸ ਵੱਲੋਂ ਸਟਾਪ ਕੋਵਿਡ ਨਾਮ ਦਾ ਜਿਹੜਾ ਐਪ ਉਹ ਜਾਰੀ ਕਰ ਦਿੱਤਾ ਗਿਆ ਹੈ ਇੱਥੇ ਜ਼ਿਕਰ ਜੋਗਾ ਕਿ ਪੰਜਾਬ ਪੁਲਿਸ ਵੱਲੋਂ ਜਿਹੜਾ ਸਟਾਪ ਕੋਵਿਡ 19 ਨਾਮ ਦਾ ਜਿਹੜਾ ਐਪਲੀਕੇਸ਼ਨ ਆ ਉਹ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਜਿਹੜਾ ਬਾਹਰ ਤੋਂ ਕੋਈ ਵੀ ਜਿਹੜਾ ਵਿਅਕਤੀ ਸੂਬੇ ਵਿੱਚ ਦਾਖਲ ਹੋਵੇਗਾ ਤਾਂ ਉਸ ਦੀ ਜਿਹੜੀ ਜਾਣਕਾਰੀ ਆ ਸਾਰੀ ਉਹ ਇਸ ਐਪਲੀਕੇਸ਼ਨ ਵਿੱਚ ਜਿਹੜੀ ਡਾਟਾ ਜਿਹੜਾ ਟ੍ਰਾਂਸਫਰ ਕਰ ਦਿੱਤਾ ਜਾਵੇਗਾ ਤੇ ਜਿਸ ਤੋਂ ਬਾਅਦ ਸਮੇਂ-ਸਮੇਂ ਤੇ ਉਸ ਦੇ ਸੰਬੰਧ ਜਿਹੜੀ ਜਾਣਕਾਰੀ ਆ ਉਹ ਹਰ ਵਾਸੇ ਜਿਹੜੀ ਪੂਰੇ ਸੂਬੇ ਵਿੱਚ ਜਿਹੜੇ ਅ ਇਸ ਐਪਲੀਕੇਸ਼ਨ ਦਾ ਮਕਸਦ ਇਹ ਹੈ ਵੀ ਜਿਹੜਾ ਵੀ ਕੋਈ ਵਿਅਕਤੀ ਬਾਹਰ ਤੋਂ ਆਉਂਦਾ ਹੈ ਤਾਂ ਲਗਾਤਾਰ ਉਸ ਦੇ ਉੱਪਰ ਜਿਹੜੀ ਨਿਗਰਾਨੀ ਉਹ ਬਣਾਈ ਚੱਕੀ ਜਾ ਸਕੇ। ਤੋ ਅਗਲੀ ਖਬਰ ਹੈ ਕਿ 30000 ਤੋਂ ਘੱਟ ਤਨਖਾਹ ਵਾਲੇ ਜਿਹੜੇ ਜਿਹੜੇ ਮੁਲਾਜ਼ਮ ਨੇ ਕਰਮਚਾਰੀ ਉਹਨਾਂ ਨੂੰ ਸਰਕਾਰ ਦੇਵੇਗੀ ਵੱਡਾ ਤੋਹਫਾ ਮਿਲਣਗੇ ਕਈ ਫਾਇਦੇ ਸਰਕਾਰ ਘੱਟ ਸੈਲਰੀ ਵਾਲੇ ਮੁਲਾਜ਼ਮਾਂ ਨੂੰ ਡਾਕਟਰਾਂ ਨੂੰ ਅਤੇ ਨਕਦ ਲਾਭ ਪ੍ਰਦਾਨ ਕਰਨ ਲਈ ਇਹ ਐਸ ਆਈਸੀ ਦੇ ਅਧੀਨ ਜਿਹੜੀ ਕਵਰੇਜ ਸੀ ਮੌਦੀ ਵਧਾ ਸਕਦਾ ਵਧਾ ਸਕਦੀ ਹੈ ਇਸ ਦੇ ਸੰਬੰਧੀ ਜਿਹੜਾ ਐਲਾਨ ਕਰ ਦਿੱਤਾ ਗਿਆ ਹੈ ਤੇ ਕਿਰਤ ਮੰਤਰਾਲੇ ਨੇ ਵਿੱਤ ਮੰਤਰਾਲੇ ਨੂੰ ਕਵਰੇਜ ਦੇ ਜਿਹੜੇ ਕਰਮਚਾਰੀ ਦੀ ਮਨੁਜੀਆ ਮੌਜੂਦਾ ਤਨਖਾਹ ਦੀ ਸੀਮਾ ਵਧਾਉਣ ਲਈ ਵੀ ਪ੍ਰਸਤਾਵ ਦਿੱਤਾ ਹੈ ਇਸ ਤੋਂ ਬਾਅਦ ਇੱਕ ਅਗਲੀ ਵੱਡੀ ਖਬਰ ਆ ਰਹੀ ਹੈ ਕਿ ਜਿੱਥੇ ਪੰਜਾਬ ਸਰਕਾਰ ਪਹਿਲਾਂ ਹੀ ਜਿਹੜੇ ਨੰਦੇੜ ਸਾਹਿਬ ਤੋਂ ਸ਼ਰਧਾਲੂ ਆਏ ਨੇ ਤੇ ਰਾਜਸਥਾਨ ਤੋਂ ਜਿਹੜੇ ਮਜ਼ਦੂਰ ਆਏ ਨੇ ਤਾਂ ਉਹਨਾਂ ਨੂੰ ਸਾਹਮਣੇ ਵਿੱਚ ਬਿਲਕੁਲ ناکਾਮਜਾਬ ਰਹੀ ਹੈ ਤੇ ਵੱਡੀ ਗਿਣਤੀ ਵਿੱਚ ਜਿਹੜੇ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਨੇ ਤਾਂ ਉਸ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਨਵਿੰਦਰ ਸਿੰਘ ਵੱਲੋਂ ਇੱਕ ਹੋਰ ਐਲਾਨ ਕਰ ਦਿੱਤਾ ਗਿਆ ਹੈ ਕਿ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ 21000 ਜਿਹੜੇ ਵਿਦੇਸ਼ੀ ਨੇ ਉਹ ਵਿਦੇਸ਼ੀ ਪੰਜਾਬੀ ਜਿਹੜੇ ਬਾਹਰ ਦੇਸ਼ਾਂ ਵਿੱਚ ਫਸੇ ਹੋਏ ਹਨ ਲਾਕਡਾਊਨ ਦੇ ਕਾਰਨ ਤਾਂ ਉਹ ਜਲਦ ਹੀ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਪਰਤਣਗੇ ਤੇ ਉਹਨਾਂ ਦੇ ਜਿਹੜਾ ਪੰਜਾਬ ਲੈ ਦੇ ਕੈਪਟਨ ਰਵਿੰਦਰ ਸਿੰਘ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਤੇ ਸਿੱਧੇ ਰੂਪ ਵਿੱਚ ਕਹਿ ਦਿੱਤਾ ਹੈ ਕਿ ਇਹਨਾਂ ਦੇ ਆਉਣ ਨਾਲ ਜਿਹੜੀ ਇੱਕ ਵਾਰ ਫਿਰ ਤੋਂ ਜਿਹੜੀ ਕਰੋਨਾ ਦੀ ਮਰੀਜ਼ਾਂ ਨੇ ਉਹਨਾਂ ਦੀ ਗਿਣਤੀ ਵਿੱਚ ਭਾਰੀ ਉਛਾਲ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਤੇ ਨਾਲ ਉਹਨਾਂ ਨੇ ਵੀ ਕਿਹਾ ਵੀ ਜਿਹੜੇ ਪੰਜਾਬੀ ਬਾਹਰਲੇ ਮੁਲਕਾਂ ਵਿੱਚ ਫਸੇ ਹੋਏ ਹਨ ਤਾਂ ਉਹਨਾਂ ਨੂੰ ਉਹਨਾਂ ਦੇ ਬਾਹਰਲੇ ਮੁਲਕਾਂ ਵਿੱਚ ਛੱਡਿਆ ਵੀ ਨਹੀਂ ਜਾ ਸਕਦਾ ਕਿਉਂਕਿ ਉਹਨਾਂ ਦੀ ਸਾਰੀ ਜ਼ਮੀਨ ਜਾਇਦਾਦ ਬੱਚੇ ਪਰਿਵਾਰ ਤੇ ਖੇਤੀਬਾੜੀ ਦੀਆਂ ਹੋਰ ਕੰਮਕਾਰ ਨੇ ਉਹ ਸਾਰੇ ਪੰਜਾਬ ਵਿੱਚ ਹਨ ਇਸ ਕਰਕੇ ਉਹਨਾਂ ਨੂੰ ਜਿਹੜਾ ਪੰਜਾਬ ਵਿੱਚ ਬੁਲਾਉਣਾ ਸਰਕਾਰ ਲਈ ਬਹੁਤ ਜਿਹੜਾ ਇੱਕ ਵੱਡਾ ਕਦਮ ਵਣ ਜਾਂਦਾ ਹੈ ਤੇ ਉਹਨਾਂ ਨੇ ਇਹ ਕਿਹਾ ਵੀ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਇਸ ਦੇ ਸੰਬੰਧੀ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਤੇ ਜਲਦ ਹੀ ਜਿਹੜੇ ਵਿਦੇਸ਼ਾਂ ਵਿੱਚ ਫਸੇ ਹੋਏ ਪੰਜਾਬੀ ਨੇ ਤਾਂ ਉਹਨਾਂ ਨੂੰ ਪੰਜਾਬ ਵਿੱਚ ਬੁਲਾ ਲਿਆ ਜਾਵੇਗਾ ਤੇ ਨਾਲ ਹੀ ਕੈਪਟਨ ਰਮਿੰਦਰ ਸਿੰਘ ਨੇ ਇਹ ਵੀ ਕਿਹਾ ਹੈ ਕਿ ਅਪ੍ਰੈਲ ਮਹੀਨੇ ਦੌਰਾਨ 28% ਜਿਹੜਾ 28% ਜਿਹੜਾ ਮਾਲੀ ਘਾਟਾ ਉਹ ਸੂਬੇ ਨੂੰ ਹੋਇਆ ਹੈ ਤੇ ਇਸ ਕਾਰਨ ਸੂਬੇ ਦਾ ਆਰਥਿਕ ਪੱਧਰ ਜਿਹੜਾ ਬਹੁਤ ਹੇਠਲੇ ਪੱਧਰ ਤੇ ਡਿੱਗ ਚੁੱਕਿਆ ਹੈ ਤੇ ਪਿਛਲੇ ਜਿਹੜੇ ਅਪ੍ਰੈਲ ਮਹੀਨੇ ਦੌਰਾਨ ਜਿਹੜੀਆਂ ਉਦਯੋਗਿਕ ਜੁਨਟਾਂ ਹਨ ਲਗਭਗ 1.5% ਦੀ ਸਹਾਇਕ ਕਾਰਜ ਜੀ ਕਾਰਜਚੀਲ ਰਿਹਾ ਤੇ ਬਾਕੀ ਸਭ ਇਸ ਤੋਂ ਬਾਅਦ ਸਕੂਲਾਂ ਦੇ ਸੰਬੰਧੀ ਖਬਰ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਜਿਹੜਾ 12ਵੀਂ ਦੀਆਂ ਪ੍ਰੀਖਿਆਵਾਂ ਲੈਣ ਦੇ ਸੰਬੰਧੀ ਜਿਹੜਾ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਜਲਦ ਹੀ ਉਹਨਾਂ ਨੇ ਸਕੂਲ ਦੇ ਸੰਬੰਧੀ ਜਿਹੜੇ ਸੈਂਟਰ ਬਣਾਏ ਗਏ ਨੇ ਤਾਂ ਉਹਨਾਂ ਦੀ ਰਿਪੋਰਟ ਮੰਗੀ ਹੈ ਤੇ ਉਸ ਤੋਂ ਬਾਅਦ ਹੋ ਸਕਦਾ ਹੈ ਕਿ 17 ਮਈ ਤੋਂ ਬਾਅਦ ਜਿਹੜੀ ਹੈ ਪੰਜਾਬ ਵਿੱਚ 12ਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਸਕਦੀਆਂ ਹਨ ਤੇ 10ਵੀਂ ਦੀਆਂ ਪ੍ਰੀਖਿਆਵਾਂ ਲੈਣ ਦੇ ਸੰਬੰਧੀ ਹਾਲ ਤੱਕ ਜਿਹੜਾ ਬੋਰਡ ਵੱਲੋਂ ਕੋਈ ਵੀ ਐਲਾਨ ਨਹੀਂ ਹੋਇਆ ਹੈ ਤੇ ਉਹਨਾਂ ਨੇ ਇਸ ਗੱਲ ਉੱਤੇ ਵਿਚਾਰ ਕਰ ਰਹੇ ਹਨ ਕਿ 10ਵੀਂ ਜਮਾਤ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਬਿਨਾਂ ਹੀ ਪੇਪਰਾਂ ਤੋਂ ਜਿਹੜਾ ਆਉਣ ਵਾਲੀ ਅਗਲੀ ਕ ਤੇ ਉਸ ਤੋਂ ਇਲਾਵਾ ਦਿੱਲੀ ਸਰਕਾਰ ਨੇ ਜਿਹੜੀਆਂ ਸਕੂਲਾਂ ਦੇ ਸੰਬੰਧੀ ਨਵਾਂ ਐਲਾਨ ਕੀਤਾ ਹੈ ਕਿ 11 ਮਈ ਤੋਂ ਲੈ ਕੇ 30 ਜੂਨ ਤੱਕ ਜਿਹੜੇ ਸਾਰੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਇਸ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਕਿਸੇ ਵੀ ਕਿਸਮ ਦੀ ਗਤੀਵਿਧੀ ਲਈ ਸਕੂਲ ਨਹੀਂ ਬੁਲਾਇਆ ਜਾਵੇਗਾ ਤੇ ਨਾ ਹੀ ਕੋਈ ਆਨਲਾਈਨ ਕੰਮ ਦਿੱਤਾ ਜਾਵੇਗਾ ਸੋ ਇਹ ਸਨ ਅੱਜ ਸਵੇਰ ਦੀਆਂ ਕੁਝ ਤਾਜ਼ਾ ਮੁੱਖ ਖਬਰਾਂ ਬਾਕੀ ਆਉਣ ਵਾਲੇ ਸਮੇਂ ਦੀ ਅਪਡੇਟ ਫਿਰ ਤੋਂ ਅੱਡ ਲਈ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਧੰਨਵਾਦ ਜੀ